ਝੱਲੇ ਮੂਵੀ ਕੱਲ੍ਹ ਰਿਲੀਜ਼ ਹੋਈ ਜੀ, ਉਹਦੇ ਕਰਕੇ ਅਸੀਂ ਅੱਜ ਆਪ ਸਭ ਦੇ ਰੂਬਰੂ ਹੋ ਰਹੇ ਹਾਂ ਜੀ, ਕਿਉਂਕਿ ਬਹੁਤ ਮਿਹਨਤ ਕੀਤੀ ਅਸੀਂ ਸਾਰਿਆਂ ਨੇ ਔਰ ਕਮਾਲ ਦਾ ਕੰਟੈਂਟ ਹੈ ਜੀ, ਕਮਾਲ ਦੀ ਕੰਸੈਪਟ ਹੈ ਜੀ, ਔਰ ਵਿਲੱਖਣ ਸਟੋਰੀ ਹੈ ਅੱਜ ਤੱਕ ਮੇਰੇ ਖਿਆਲ ਪੰਜਾਬੀ ਇੰਡਸਟਰੀ ਵਿੱਚ ਇੱਦਾਂ ਦੀ ਸਟੋਰੀ ਨਹੀਂ ਆਈ ਜੀ, ਔਰ ਸਾਨੂੰ ਲੱਗਦਾ ਵੀ ਅਸੀਂ ਕੁਛ ਚੇਂਜ ਲਿਆਵਾਂਗੇ ਪੰਜਾਬੀ ਇੰਡਸਟਰੀ ਦੇ ਵਿੱਚ, ਪੰਜਾਬੀ ਸਿਨੇਮਾ ਦੇ ਵਿੱਚ ਇਹ ਫਿਲਮ ਜਿਹੜੀ ਕੁਛ ਰੋਲ ਮਾਡਲ ਬਣੂਗੀ ਹੈ ਨਾ, ਸਾਨੂੰ ਲੱਗਦਾ ਜਿਸ ਤਰ੍ਹਾਂ ਦਾ ਅਸੀਂ ਕੰਮ ਕਰਦੇ ਆਪਣੇ ਨੂੰ, ਤੁਸੀਂ ਸਾਰੇ ਬੜੀ ਮਿਹਨਤ ਕੀਤੀ ਔਰ ਗਾਣੇ ਸਾਰੇ ਤੁਸੀਂ ਦੇਖ ਚੁੱਕੇ ਹੋ, ਟ੍ਰੇਲਰ ਤੁਸੀਂ ਦੇਖ ਚੁੱਕੇ ਹੋ, ਟੀਜ਼ਰ ਤੁਸੀਂ ਦੇਖ ਚੁੱਕੇ ਸੀ, ਤਾਂ ਹੁਣ ਤੱਕ ਤੁਹਾਨੂੰ ਪਤਾ ਲੱਗ ਗਿਆ ਉਹਨਾਂ ਵੀ ਕਿੱਦਾਂ ਦਾ ਕੰਟੈਂਟ ਹੈਗਾ, ਤਾਂ ਜਿਹਨਾਂ ਜਿਹਨਾਂ ਨੂੰ ਵਧੀਆ ਲੱਗਦੀ ਹੈ ਪਲੀਜ਼ ਜਾ ਕੇ ਟਿਕਟਾਂ ਰੱਖਣੀਆਂ ਕਰੋ ਅਤੇ ਸਿਨੇਮਾ ਕਰ ਸਕਦੇ ਸਾਡੀ ਮੂਵੀ ਇੰਜੋਏ ਕਰਨੀ ਕਰ। ਇਹ ਜਿਹੜੀ ਸ਼ੂਟ ਕੀਤੀ ਜੀ ਅਸੀਂ ਬਰਮਿੰਗਮ ਕੀਤੀ ਜੀ, ਇੰਗਲੈਂਡ ਦੇ ਵਿੱਚ ਬਰਮਿੰਗਮ ਦੇ ਨਾਲ ਕਰਿਆ ਸੀਗਾ, 3 ਘੰਟੇ ਦੀ ਵਾਰ ਤੋਂ ਉੱਥੇ ਸ਼ੂਟ ਹੋਈ ਹੈ ਜੀ, ਅਤੇ ਜਿਹੜਾ ਮਿਊਜ਼ਿਕ ਹੈਗਾ ਇਹਦਾ ਉਹ ਗੁਰਨਾਮ ਭੁੱਲਰ ਉਹਨਾਂ ਨੇ ਕੀਤਾ ਜੀ, ਗਾਣੇ ਵੀ ਉਹਨਾਂ ਨੇ ਲਿਖੇ ਨੇ, 2 ਗਾਣੇ ਗਾਏ ਵੀ ਆਪ ਉਹਨਾਂ ਨੇ ਜੀ, ਝੱਲਾ ਝੱਲੇ ਦਾ ਟਾਈਟਲ ਟਰੈਕ ਹੈਗਾ ਜੀ ਐਂਡ ਪਾਗਲਪਨ, ਇਹ 2 ਗਾਣੇ ਉਹਨਾਂ ਦੇ ਨੇ ਜੀ, ਅਤੇ ਉਸ ਤੋਂ ਬਾਅਦ ਇੱਕ ਅਫਸਾਨਾ ਖਾਨ ਜੀ ਨੇ ਗਾਇਆ ਜੀ, ਫਿਰ ਇੱਕ ਐਮੀ ਵਿਰਕ ਉਹਨਾਂ ਨੇ ਗਾਇਆ ਜੀ, ਅਤੇ ਇੱਕ ਕਮਾਲ ਖਾਨ ਉਹਨਾਂ ਨੇ ਗਾਣਾ, 5 ਗਾਣੇ ਨੇ ਜੀ, ਸਾਰੇ ਲਿਖੇ ਗੁਰਨਾਮ ਭੁੱਲਰ ਉਹਨਾਂ ਨੇ। ਝੱਲੇ ਜਿਹੜਾ ਝੱਲੇ ਸਾਡਾ ਆਪਦੇ ਆਪ ਹੀ ਰਿਵੀਲ ਕਰਦਾ ਜੀ, ਵੈਸੇ ਅੱਜ ਕੱਲ੍ਹ ਕਲਯੁੱਗ ਦੇ ਦੌਰ ਵਿੱਚ ਸਾਰਿਆਂ ਨੂੰ ਸਟ੍ਰੈਸ ਹੁੰਦਾ ਜੀ, ਤਾਂ ਜ਼ਿੰਦਗੀ ਜਿਉਣਾ ਭੁੱਲ ਜਾਂਦੇ ਕਿਤੇ ਨਾ ਕਿਤੇ, ਆਪਾਂ ਪੈਸੇ ਦੀ ਦੌੜ 'ਚ, ਬੱਚਿਆਂ ਨੂੰ ਸੈੱਟ ਕਰਨ ਦੀ ਦੌੜ 'ਚ, ਵੱਡੇ ਘਰ ਬਣਾਉਣ ਦੀ ਦੌੜ 'ਚ ਨਾ ਜ਼ਿੰਦਗੀ ਜਿਉਣਾ ਭੁੱਲ ਜਾਂਦੇ, ਤਾਂ ਝੱਲੇ ਸਾਡਾ ਜਿਹੜਾ ਟਾਈਟਲ ਹੈ ਇਹ ਰਿਵੀਲ ਕਰਦਾ ਵੀ ਜ਼ਿੰਦਗੀ ਬੜੀ ਖੂਬਸੂਰਤ ਹੈ ਜੀ, ਉਹ ਚਾਹੀਦੀ ਕਮਲੇ ਪਣ ਜੇ ਬਣ ਕੇ ਨਾ, ਕਮਲਾ ਜਿਹਾ ਬਣ ਕੇ ਕੱਟ ਲਏ ਜੀ, ਬਹੁਤ ਇਹਦਾ ਹਰ ਪਲ ਹਰ ਮੂਮੈਂਟ ਇਹਦੀ ਇੰਜੋਏ ਕਰਨੀ ਚਾਹੀਦੀ ਹੈ ਪੈਰੀ ਕਮਾਉਂਦੇ।